ਨੌਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਐਸੀ ਸ਼ਰਾਰਤ ਕੀਤੀ ਜਿਸ ਦੇ ਨਾਲ ਇਕੱਲੇ ਸਕੂਲ ਦੇ ਪ੍ਰਬੰਧਕਾਂ ਨੂੰ ਨਹੀਂ, ਪ੍ਰਿੰਸੀਪਲ ਦੀ ਨਹੀਂ, ਇੱਥੋਂ ਤੱਕ ਕਿ ਲੁਧਿਆਣਾ ਪੁਲਿਸ ਦੀ ਵੀ ਨੀਂਦ ਉੱਡ ਜਾਂਦੀ ਹੈ, ਹੋਸ਼ ਉੱਡ ਜਾਂਦੇ ਨੇ। ਦਰਅਸਲ ਇੱਕ ਮੇਲ ਆਉਂਦੀ ਹੈ ਪ੍ਰਿੰਸੀਪਲ ਦੇ ਕੋਲ, ਉਹ ਪ੍ਰਿੰਸੀਪਲ ਨੂੰ ਮੇਲ ਆਈ ਜਿਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਕਿ 5 ਅਕਤੂਬਰ ਦਾ ਉਹ ਦਿਨ ਹੋਵੇਗਾ ਔਰ ਜਿਹੜਾ ਸਕੂਲ ਦੇ ਨੇ ਉੱਡ ਜਾਣਾ ਉਹ ਬੰਬ ਫਿੱਟ ਕਰ ਦਿੱਤਾ ਗਿਆ। ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ, ਉਸ ਈਮੇਲ ਦੇ ਨਾਲ ਜਦੋਂ ਸੂਚਨਾ ਪੁਲਿਸ ਤੱਕ ਪੁੱਜੀ ਪ੍ਰਿੰਸੀਪਲ ਦੇ ਥਰੂ, ਤਾਂ ਫਿਰ ਸਾਰੀਆਂ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ, ਪੜਤਾਲ ਕੀਤੀ ਗਈ, ਪਰ ਐਸੀ ਕੋਈ ਵੀ ਸਮੱਗਰੀ ਉਸ ਜਾਂਚ ਪੜਤਾਲ 'ਚ ਨਹੀਂ ਲੱਭੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕੇ ਕਿ ਇਹ ਬੰਬ ਫਟੇਗਾ ਕਿੱਥੇ ਔਰ ਇੱਥੇ ਬੰਬ ਵਰਗੀ ਸਮੱਗਰੀ ਹੈ ਕਿ ਨਹੀਂ ਹੈ। ਇਹ ਸਭ ਕੁਝ ਜਦੋਂ ਨਾ ਲੱਭਿਆ ਤਾਂ ਪੁਲਿਸ ਵੀ ਪਰੇਸ਼ਾਨ ਹੁੰਦੀ ਹੈ, ਫਿਰ ਪੜਤਾਲ ਕੀਤੀ ਜਾਂਦੀ ਹੈ ਜਿਹੜੀ ਮੇਲ ਐਡਰੈਸ ਤੋਂ ਪ੍ਰਿੰਸੀਪਲ ਨੂੰ ਮੇਲ ਆਈ ਸੀ ਕਿ ਸਕੂਲ ਬੰਬ ਨਾਲ ਉੱਡੇਗਾ 5 ਅਕਤੂਬਰ ਨੂੰ। ਇਸ ਮਾਮਲੇ ਦੇ ਵਿੱਚ ਜਦੋਂ ਪੜਤਾਲ ਕੀਤੀ ਗਈ ਤਾਂ ਨੰਬਰ ਟਰੇਸ ਹੋ ਗਏ, ਨੰਬਰ ਜਦੋਂ ਟਰੇਸ ਹੋਏ ਤਾਂ ਉਸ ਦੇ ਵਿੱਚ ਇੱਕ ਨੰਬਰ ਜਿਹੜਾ ਆ ਉਹ ਬਿਹਾਰ ਦੇ ਨਾਲ ਸੰਬੰਧਿਤ ਸੀ ਅਤੇ ਇੱਕ ਲੁਧਿਆਣੇ ਦੇ ਨਾਲ ਹੀ ਸੰਬੰਧਿਤ ਸੀ। ਫਿਰ ਪੜਤਾਲ ਕਰਦਿਆਂ ਕਰਦਿਆਂ ਪੈੜਾਂ ਪੁੱਜਦੀਆਂ ਨੇ ਉਸੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਦੇ ਨਾਲ, ਜਿਹੜੇ ਨੌਵੀਂ ਜਮਾਤ ਦੇ ਵਿਦਿਆਰਥੀ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਹੈਰਾਨ ਕਰਦੀਆਂ ਗੱਲਾਂ ਸਾਹਮਣੇ ਆ ਗਈਆਂ ਔਰ ਉਸ ਵਿਦਿਆਰਥੀ ਨੇ ਫਿਰ ਪੁਲਿਸ ਦੇ ਕੋਲ ਕਬੂਲਿਆ ਕਿ ਹਾਂ ਇਹ ਧਮਕੀ ਭਰੀ ਈਮੇਲ ਪ੍ਰਿੰਸੀਪਲ ਨੂੰ ਮੈਂ ਹੀ ਭੇਜੀ ਹੈ ਔਰ ਇਸ ਭੇਜੀ ਦੇ ਪਿੱਛੇ ਕਾਰਨ ਜਦੋਂ ਪਤਾ ਲੱਗਿਆ ਤਾਂ ਹੋਰ ਵੀ ਹੈਰਾਨੀ ਹੋਈ। ਉਹ ਕਾਰਨ ਇਹ ਸੀ ਕਿ ਇੱਕ ਛੁੱਟੀ ਦੇ ਲਾਲਚ ਕਰਕੇ, ਇੱਕ ਛੁੱਟੀ ਚਾਹੀਦੀ ਸੀ ਤਾਂ ਇਸ ਕਰਕੇ ਉਸਨੇ ਆਪਣੇ ਬਾਕੀ ਵਿਦਿਆਰਥੀ ਸਾਥੀਆਂ ਦੇ ਨਾਲ ਮਿਲ ਕੇ ਵਿਉਂਤ ਬਣਾਈ ਕਿ ਕਿਉਂ ਨਾ ਆਪਾਂ ਇਸ ਤਰ੍ਹਾਂ ਦੀ ਸ਼ਰਾਰਤ ਕਰੀਏ, ਆਪਣੇ ਆਪ ਹੀ ਛੁੱਟੀ ਦਾ ਮਾਹੌਲ ਬਣ ਜਾਵੇਗਾ ਔਰ ਸਾਨੂੰ ਛੁੱਟੀ ਹੋ ਜਾਵੇਗੀ। ਪਰ ਛੁੱਟੀ ਦੇ ਕਰਕੇ ਇੰਨਾ ਵੱਡਾ ਖਲਾਰਾ ਪੈ ਜਾਣਾ, ਇਹ ਉਸ ਬੱਚੇ ਨੇ ਵੀ ਸ਼ਾਇਦ ਅੰਦਾਜ਼ਾ ਲਾਇਆ ਹੋਵੇ ਕਿ ਨਾ ਲਾਇਆ ਹੋਵੇ। ਫਿਰ ਉਸ ਤੋਂ ਬਾਅਦ ਬੱਚੇ ਨੂੰ ਆ ਜਿਹੜਾ ਰਿਲੀਜ਼ ਕਰ ਦਿੱਤਾ ਜਾਂਦਾ, ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਜਾਂਦਾ, ਪਰ ਉਸ ਤੋਂ ਪਹਿਲਾਂ ਕੀ ਕਹਾਣੀ ਵਾਪਰੀ ਪੂਰੀ ਕਹਾਣੀ ਆ ਜਿਹੜੀ ਉਹ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਕਦੋਂ ਕਦੋਂ ਈਮੇਲ ਆਉਂਦੀ ਹੈ ਔਰ ਉਸ ਤੋਂ ਬਾਅਦ ਪੁਲਿਸ ਕੰਮ ਕਿਵੇਂ ਕਰਦੀ ਹੈ। ਛੁੱਟੀ ਕਰਵਾਉਣ ਦੀ ਖਾਤਰ ਹੀ ਉਸ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਦੇ ਜ਼ਰੀਏ ਧਮਕੀ ਭੇਜ ਦਿੱਤੀ। ਲੁਧਿਆਣਾ ਸ਼ਹਿਰ ਦਾ ਇੱਕ ਸਕੂਲ, ਜਦੋਂ ਪੁਲਿਸ ਦੀ ਨੀਂਦ ਉੱਡਦੀ ਹੈ, ਪ੍ਰਿੰਸੀਪਲ ਦੀ ਨੀਂਦ ਉੱਡਦੀ ਹੈ, ਮਾਮਲੇ ਦੀ ਪੜਤਾਲ ਵਿੱਚ ਜੁੱਟ ਜਾਂਦੀ ਹੈ ਟੀਮ ਸਾਰੀ ਔਰ ਸ਼ਨਿਚਰਵਾਰ ਨੂੰ ਉਸ ਵੇਲੇ ਲੁਧਿਆਣਾ ਪੁਲਿਸ ਨੂੰ ਸੁੱਖ ਦਾ ਸਾਹ ਮਿਲ ਗਿਆ ਜਦੋਂ ਇਹ ਸਾਫ਼ ਹੋ ਗਿਆ ਕਿ ਧਮਕੀ ਭਰੀ ਈਮੇਲ ਕਿਸੇ ਅਪਰਾਧੀ ਨੇ ਨਹੀਂ ਬਲਕਿ ਸਕੂਲ ਦੇ ਹੀ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਭੇਜੀ ਸੀ ਅਤੇ ਵਿਦਿਆਰਥੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸਕੂਲ ਵਿੱਚ ਛੁੱਟੀ ਕਰਵਾਉਣ ਦੇ ਮਕਸਦ ਨਾਲ ਇਹ ਸ਼ਰਾਰਤ ਕਰ ਦਿੱਤੀ ਸੀ। ਸ਼ਰਾਰਤੀ ਵਿਦਿਆਰਥੀ ਨੇ ਈਮੇਲ ਵਿੱਚ ਲਿਖਿਆ ਸੀ ਕਿ ਸਕੂਲ ਵਿੱਚ ਬੰਬ ਲਗਾ ਦਿੱਤਾ ਗਿਆ ਅਤੇ 5 ਅਕਤੂਬਰ ਨੂੰ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸ਼ੁੱਕਰਵਾਰ ਦੀ ਸ਼ਾਮ ਨੂੰ ਜਿਵੇਂ ਹੀ ਸ੍ਰੀ ਗੁਰੂ ਹਰਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਧਾਂਦਰਾ ਰੋਡ ਦੇ ਪ੍ਰਿੰਸੀਪਲ ਨੂੰ ਇਹ ਈਮੇਲ ਆਈ ਤਾਂ ਪ੍ਰਿੰਸੀਪਲ ਦੇ ਵੀ ਹੋਸ਼ ਉੱਡ ਜਾਂਦੇ ਨੇ। ਉਹਨਾਂ ਨੇ ਸੰਬੰਧਿਤ ਤੁਰੰਤ ਸਕੂਲ ਪ੍ਰਬੰਧਕਾਂ ਨੂੰ ਜਾਣਕਾਰੀ ਦੇ ਦਿੱਤੀ ਅਤੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਦੇ ਸਦਰ ਥਾਣੇ ਦੀ ਪੁਲਿਸ ਹਰਕਤ ਵਿੱਚ ਆ ਜਾਂਦੀ ਹੈ ਅਤੇ ਸ਼ੁੱਕਰਵਾਰ ਰਾਤ ਤੋਂ ਹੀ ਸਕੂਲ ਦੀ ਸਰਚ ਕਰਨਾ ਸ਼ੁਰੂ ਕਰ ਦਿੰਦੀ ਹੈ। ਸਾਵਧਾਨੀ ਵਰਤਦੇ ਹੋਏ ਸਕੂਲ ਪ੍ਰਬੰਧਕਾਂ ਨੇ ਸ਼ਨਿਚਰਵਾਰ ਨੂੰ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਸਕੂਲ ਅੰਦਰ ਬੰਬ ਹੋਣ ਦੀ ਅਫਵਾਹ ਨੇ ਲੁਧਿਆਣਾ ਪੁਲਿਸ ਦੀ ਨੀਂਦ ਉਡਾ ਕੇ ਰੱਖ ਦਿੱਤੀ। ਦੇਰ ਰਾਤ ਨੂੰ ਹੀ ਪੁਲਿਸ ਦੇ ਉੱਚ ਅਧਿਕਾਰੀ ਅਤੇ ਬੰਬ ਨਿਰੋਧਕ ਟੀਮਾਂ ਪੁਲਿਸ ਫੋਰਸ ਨਾਲ ਮਿਲ ਕੇ ਪਹੁੰਚ ਗਈਆਂ ਅਤੇ ਸ਼ੁੱਕਰਵਾਰ ਦੇਰ ਰਾਤ ਸ਼ਨਿਚਰਵਾਰ ਸਵੇਰ ਤੱਕ ਪੁਲਿਸ ਸਕੂਲ ਦਾ ਚੱਪਾ ਚੱਪਾ ਛਾਣ ਮਾਰਿਆ ਪੁਲਿਸ ਨੇ, ਪਰ ਪੁਲਿਸ ਨੂੰ ਕੁਝ ਹੱਥ ਨਹੀਂ ਲੱਗਿਆ। ਪੁਲਿਸ ਨੂੰ ਸਕੂਲ ਵਿੱਚ ਜਈ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਜਿਹੜੀ ਕਿ ਈਮੇਲ ਦਾ ਹਿੱਸਾ ਸੀ। ਵਿਦਿਆਰਥੀ ਨੇ ਈਮੇਲ ਵਿੱਚ ਲਿਖਿਆ ਸੀ ਕਿ ਉਹ SG ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕਿਰਨਜੀਤ ਕੌਰ ਨੂੰ ਸੁਚੇਤ ਕਰਦਾ ਹੈ ਕਿ 5 ਅਕਤੂਬਰ ਨੂੰ ਉਹਨਾਂ ਦੇ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਣਾ ਹੈ। ਸਹਾਇਕ ਪੁਲਿਸ ਕਮਿਸ਼ਨਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਈਮੇਲ ਦੇ ਆਧਾਰ 'ਤੇ ਜਦੋਂ ਪੁਲਿਸ ਨੇ ਈਮੇਲ ਦੀ ਬੈਕਅਪ ਡਿਟੇਲ ਚੈੱਕ ਕੀਤੀ ਤਾਂ ਮੋਬਾਈਲ ਨੰਬਰ ਦਾ ਖੁਲਾਸਾ ਹੋ ਗਿਆ। ਦੋਵਾਂ ਨੰਬਰਾਂ ਵਿੱਚੋਂ ਇੱਕ ਮੋਬਾਈਲ ਨੰਬਰ ਲੁਧਿਆਣੇ ਦਾ ਸੀ ਅਤੇ ਇੱਕ ਬਿਹਾਰ ਦਾ ਸੀ।
ਡਿਟੇਲ ਕਢਵਾ ਕੇ ਜਦ ਪੁਲਿਸ ਵਿਦਿਆਰਥੀ ਤੱਕ ਪਹੁੰਚੀ ਤਾਂ ਉਸਨੇ ਖੁਲਾਸਾ ਕੀਤਾ ਕਿ ਉਹ ਇਸੇ ਸਕੂਲ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸਨੇ ਸ਼ਨਿੱਚਰਵਾਰ ਨੂੰ ਛੁੱਟੀ ਕਰਵਾਉਣ ਲਈ ਇਹ ਸਾਰਾ ਕੁਝ ਕੀਤਾ ਸੀ। ਵਿਦਿਆਰਥੀ ਵੱਲੋਂ ਗਲਤੀ ਮੰਨਣ 'ਤੇ ਉਸਨੂੰ ਫਿਰ ਘਰ ਜਾਣ ਦੀ ਆਗਿਆ ਤਾਂ ਮਿਲ ਗਈ। ਉਦੋਂ ਇਸ ਮਾਮਲੇ ਵਿੱਚ ACP ਹਰਜਿੰਦਰ ਸਿੰਘ ਨੇ ਆਖਿਆ ਕਿ ਲੜਕਾ ਆਪਣੇ ਦੋਸਤਾਂ ਨਾਲ ਮਿਲ ਕੇ ਗੇਮ ਖੇਡਣ ਦਾ ਬੜਾ ਸ਼ੌਕੀਨ ਸੀ। ਉਹ ਗੇਮ ਖੇਡਦੇ ਸਨ ਅਤੇ ਇਸ ਵਿੱਚ ਮਨੋਰੰਜਨ ਲਈ ਬੰਬ ਲਗਾਏ ਜਾਂਦੇ ਨੇ। ਲੜਕੇ ਨੇ ਸਕੂਲ ਪ੍ਰਿੰਸੀਪਲ ਨਾਲ ਪ੍ਰੈਂਕ ਕਰਕੇ ਗੇਮਿੰਗ ਦੀ ਇੱਕ ਨਕਲ ਹੀ ਕੀਤੀ ਸੀ, ਪਰ ਇਹ ਨਕਲ ਕਿੰਨੀ ਮਹਿੰਗੀ ਪੈ ਜਾਣੀ ਆ, ਕਿੰਨਾ ਅਮਲਾ ਉੱਥੇ ਲਾਉਣਾ ਪੈ ਜਾਵੇਗਾ, ਔਰ ਪੁਲਿਸ ਨੂੰ ਦੇਰ ਰਾਤ ਤੱਕ ਸਵੇਰ ਤੱਕ ਸ਼ਨੀਵਾਰ ਤੱਕ ਚੱਪਾ ਚੱਪਾ ਸਕੂਲ ਦਾ ਛਾਣਨਾ ਪਵੇਗਾ। ਇਹ ਬੱਚੇ ਨੇ ਅੰਦਾਜ਼ਾ ਨਹੀਂ ਸੀ ਲਾਇਆ, ਪਰ 9ਵੀਂ ਜਮਾਤ ਦਾ ਬੱਚਾ, ਉਸ ਨਾਬਾਲਗ ਬੱਚੇ ਦੀ ਇਸ ਹਰਕਤ ਨੇ, ਇਸ ਸ਼ਰਾਰਤ ਨੇ ਕਾਫੀ ਜਣਿਆਂ ਨੂੰ ਦਿੱਕਤ ਦੇ ਵਿੱਚ ਇੱਕ ਵਾਰੀ ਪਾ ਦਿੱਤਾ ਸੀ, ਪਰ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਪਤਾ ਲੱਗਿਆ ਕਿ ਸਿਰਫ ਅਤੇ ਸਿਰਫ ਇੱਕ ਪ੍ਰੈਂਕ ਖੇਡਿਆ ਗਿਆ, ਔਰ ਉਹ ਵੀ ਇੱਕ ਗੇਮ ਤੋਂ ਸਿੱਖ ਕੇ, ਕਿਉਂਕਿ ਇਸ ਤਰ੍ਹਾਂ ਦੀਆਂ ਗੇਮਾਂ ਖੇਡਦੇ ਨੇ ਜਦੋਂ ਬੱਚੇ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਨ ਲੱਗਦੀਆਂ ਨੇ। ਤਾਂ ਲੁਧਿਆਣਾ ਦੀ ਇੱਕ ਅਜਿਹੀ ਇਹ ਤਸਵੀਰ ਅਤੇ ਇੱਕ ਕਹਾਣੀ ਸਾਹਮਣੇ ਆਈ ਹੈ ਜਿਹੜੀ ਕਿ ਸੁਣਨ ਨੂੰ ਤਾਂ ਰੌਚਕ ਲੱਗ ਸਕਦੀ ਹੈ, ਪਰ ਖਤਰਨਾਕ ਵੀ ਉਨੀ ਹੈ ਜਦੋਂ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਕਿ ਜੇਕਰ ਵਾਕਿਆ ਕੱਲ੍ਹ ਨੂੰ ਸੱਚਮੁੱਚ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਜਾਵੇ ਤਾਂ ਕੀ ਫਿਰ ਉਸਨੂੰ ਵੀ ਇਸ ਤਰ੍ਹਾਂ ਦਾ ਪ੍ਰੈਂਕ ਸਮਝ ਕੇ ਜਿਹੜਾ ਹਲਕੇ ਵਿੱਚ ਲਿਆ ਜਾਵੇਗਾ ਜਾਂ ਫਿਰ ਉੱਥੇ ਸੀਰੀਅਸ ਹੋ ਕੇ ਉਸਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਪ੍ਰਭਾਵ ਪਾ ਜਾਂਦੀਆਂ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਇਹ ਬੱਚੇ ਦੀ ਸ਼ਰਾਰਤ ਨੇ ਇੱਥੋਂ ਤੱਕ ਨੌਬਤ ਲਿਆ ਦਿੱਤੀ ਸੀ ਜਿਸ ਦੇ ਬਾਰੇ ਹੁਣ ਪੜਤਾਲ ਹੋਈ ਅਤੇ ਪਤਾ ਲੱਗਿਆ ਕਿ ਬੱਚੇ ਦਾ ਸਿਰਫ ਅਤੇ ਸਿਰਫ ਪ੍ਰੈਂਕ ਸੀ, ਸਿਰਫ ਛੁੱਟੀ ਕਰਵਾਉਣ ਦੀ ਖਾਤਰ। ਜਦ ਤੱਕ ਇਸ ਬਾਰੇ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।